ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪੋਲੀਟੀਕਲ ਦੇ ਫੰਡਾਮੈਂਟਲ ਰਾਈਟ ਟੋਪਿਕ ਕਰ ਰਹੇ ਹਾਂ, ਜੋ ਇਹਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਐਗਜ਼ਾਮ ਦੇ ਵਿੱਚ ਆਉਂਦੇ ਨੇ। ਤੁਸੀਂ ਇਸ ਨੂੰ ਦੇਖ ਕੇ ਰਾਈਟ ਵੀ ਕਰ ਸਕਦੇ ਹੋ ਅਤੇ ਯਾਦ ਵੀ ਕਰ ਸਕਦੇ ਹੋ। ਇਹ ਫੰਡਾਮੈਂਟਲ ਰਾਈਟ ਆਪਣਾ ਪੋਲੀਟੀਕਲ ਦੇ ਪਾਰਟ 3 ਦੇ ਵਿੱਚ ਆਉਂਦਾ ਗਾ, ਅਤੇ ਆਰਟੀਕਲ ਇਹਦਾ ਹੈਗਾ 12 to 35। 12 to 35 ਤੱਕ ਇਹਦੇ ਆਰਟੀਕਲ ਨੇ। ਇਹ ਤੁਸੀਂ ਇਸ ਤੋਂ ਇੱਥੋਂ ਹੀ 2 ਕੁਐਸਚਨ ਬਣਦੇ ਨੇ ਵੀ ਫੰਡਾਮੈਂਟਲ ਰਾਈਟ ਕਿਹੜੇ ਪਾਰਟ ਦੇ ਵਿੱਚ ਆ ਔਰ ਕਿਹੜਾ ਕਿੱਥੋਂ ਤੋਂ ਕਿੱਥੇ ਤੱਕ ਇਹਦੇ ਆਰਟੀਕਲ ਨੇਗੇ। ਹਾਂਜੀ, ਨੈਕਸਟ ਹੈਗਾ ਇਸ ਦਾ ਆਈਡੀਆ, ਇਹ ਕਿੱਥੋਂ ਲਿੱਤਾ ਗਿਆ ਸੀਗਾ? ਅਮੈਰੀਕਾ ਤੋਂ ਲਿੱਤਾ ਗਿਆ ਸੀ, USA ਤੋਂ। ਓਰੀਜਨਲ ਆਰਟੀਕਲ ਆਪਣੇ ਸੰਵਿਧਾਨ ਦੇ ਵਿੱਚ ਕਿੰਨੇ ਸੀਗੇ? 7 ਸੀਗੇ, ਲੇਕਿਨ ਇੱਕ ਆਰਟੀਕਲ ਇਹਨੂੰ ਡਿਲੀਟ ਕਰਕੇ 44 ਅਮੈਂਡਾਮੈਂਟ ਦੇ ਨਾਲ ਕਿੱਥੇ ਭੇਜ ਦਿੱਤਾ ਗਿਆ? 300A ਦੇ ਵਿੱਚ। ਪ੍ਰੈਜੈਂਟ ਜਿਹੜੇ ਹੁਣ ਆਰਟੀਕਲ ਕਿੰਨੇ ਰਹਿ ਗਏ? ਆਪਣੇ 6 ਰਹਿ ਗਏ, 6 ਆਰਟੀਕਲ। ਇਸ ਦਾ ਨੇਮ, ਯੂਜ਼ਰ ਨੇਮ ਪਾਰਟ 3 ਜਿਹੜਾ ਇਹਦਾ ਨੇਮ ਦਿੱਤਾ ਗਿਆ, ਇਹਨੂੰ ਮੈਗਨਾ ਕਾਰਟਾ ਕਿਹਾ ਜਾਂਦਾ ਗਾ। ਪਾਰਟ 3 ਨੂੰ, ਫੰਡਾਮੈਂਟਲ ਰਾਈਟ ਨੂੰ ਹੀ ਮੈਗਨਾ ਕਾਰਟਾ ਕਿਹਾ ਜਾਂਦਾ। ਇਹਦੀ ਯਾਦ ਰੱਖਣ ਦੀ ਟ੍ਰਿਕ ਹੈਗੀ ਆ ਕਿ ਮੈਗਨਾ ਕਾਰਟਾ, ਮੈਗਨਾ ਕਿੰਨੇ ਅੱਖਰਾਂ ਦੇ ਨਾਲ ਪੈਂਦਾ? 3 ਦੇ ਨਾਲ, ਕਾਰਟਾ ਵੀ 3 ਦੇ ਨਾਲ ਪੈਂਦਾ। ਇਸ ਲਈ 3 ਪਾਰਟ ਨੂੰ ਹੀ ਮੈਗਨਾ ਕਾਰਟਾ ਕਿਹਾ ਗਿਆ। ਨੈਕਸਟ ਹੈਗਾ ਇਹਦਾ ਨਾਮ ਦਿੱਤਾ ਗਿਆ ਸੀ 1215 AD ਦੇ ਵਿੱਚ, ਕਿੰਗ ਜੋਹਨ ਆਫ ਇੰਗਲੈਂਡ। ਇੰਗਲੈਂਡ ਦੇ ਕਿੰਗ ਜੋਹਨ ਨੇ ਇਹ ਮੈਗਨਾ ਕਾਰਟਾ ਸੀ ਜਿਹੜਾ ਨਾਮ ਇਹ ਦਿੱਤਾ ਸੀਗਾ। ਫਿਰ ਇਸ ਨੂੰ ਸੰਵਿਧਾਨ ਦੇ ਪਾਰਟ 3 ਨੂੰ ਆਪਣੇ ਮੈਗਨਾ ਕਾਰਟਾ ਕਹਿਣ ਲੱਗ ਗਈ। ਠੀਕ ਹੈ, ਫੰਡਾਮੈਂਟਲ ਰਾਈਟਸ ਜਿਹੜੇ ਹੈਗੇ ਨੇਗੇ ਆਪਣੇ, ਓਰੀਜਨਲ 7 ਨੇਗੇ। ਇਹ ਕਿਹੜੇ ਕਿਹੜੇ ਨੇ ਜੀ? ਇਹਦੇ ਵਿੱਚ ਕਿੰਨੇ ਤੋਂ ਕਿੰਨੇ ਤੱਕ ਕਿਹੜਾ ਆਰਟੀਕਲ ਹੈਗਾ ਇਹ ਆਪਾਂ ਦੇਖਦੇ ਹਾਂ। ਜਿਹੜਾ ਪਹਿਲਾ ਹੈਗਾ, 14 to 18 ਤੱਕ ਸਮਾਨਤਾ ਦਾ ਅਧਿਕਾਰ ਬੋਲਦੇ ਨੇ ਆਪਾਂ, ਰਾਈਟ ਟੂ ਇਕੁਅਲਿਟੀ। 14 to 18 ਤੱਕ ਨੇਗੇ, 14 to 18। ਠੀਕ ਹੈ, ਇਹ ਯਾਦ ਰੱਖਣਾ। ਇਹ ਕੁਐਸਚਨ ਪੁੱਛਿਆ ਜਾਂਦਾ ਸਮਾਨਤਾ ਦਾ ਅਧਿਕਾਰ ਆਰਟੀਕਲ ਕਿੰਨੇ ਤੋਂ ਕਿੰਨੇ ਆਰਟੀਕਲ ਦੇ ਵਿੱਚ ਨੇ? ਇਹ 14 to 18 ਤੱਕ। ਕਈ ਵਾਰ 14 ਤੋਂ ਵੀ ਸਟਾਰਟ ਇਕੱਲਾ ਹੀ 14 ਦਿੱਤਾ ਹੁੰਦਾ, ਜਾਂ 14 to 18 ਵੀ ਦੇ ਸਕਦੇ ਨੇ। ਠੀਕ ਹੈ, ਸੈਕਿੰਡ ਆਰਟੀਕਲ ਆਪਣੇ ਕੋਲ ਹੈਗਾ 19 to 22 ਤੱਕ। ਇਹਦੇ ਵਿੱਚ ਕਿਹੜਾ ਆ ਜਾਂਦਾ ਜੀ? ਇਹਦੇ ਵਿੱਚ ਸੁਤੰਤਰਤਾ ਦਾ ਅਧਿਕਾਰ, ਰਾਈਟ ਟੂ ਫਰੀਡਮ ਆ ਜਾਂਦਾ 19 to 22 ਤੱਕ। 19 ਦੇ ਵਿੱਚ ਐਕਸਪਲੇਨ ਕਰਨ ਲਈ ਹੋਰ ਵੀ ਅੱਗੇ ਬਹੁਤ ਕੁਛ ਆ, ਉਹ ਜਦੋਂ ਨੈਕਸਟ ਵੀਡੀਓ ਦੇ ਵਿੱਚ ਕੇ ਕਰਾਂਗੇ ਤਾਂ ਐਕਸਪਲੇਨ ਕਰਾਂਗੇ। ਹੁਣ ਆਪਾਂ ਪਹਿਲਾਂ ਉੱਪਰੋਂ ਉੱਪਰੋਂ ਜਿਹੜੇ ਕੁਐਸਚਨ ਆਉਂਦਾ ਉਹਨਾਂ ਨੂੰ ਦੇਖਦੇ ਹਾਂ। ਸੁਤੰਤਰਤਾ ਦਾ ਅਧਿਕਾਰ 19 to 22 ਤੱਕ, ਇਹ ਸਿਰਫ ਇੱਥੇ ਐਂ ਕੁਐਸਚਨ ਆਉਂਦਾ ਸੁਤੰਤਰਤਾ ਦਾ ਅਧਿਕਾਰ ਦਾ ਆਰਟੀਕਲ ਕਿੰਨੇ ਤੋਂ ਕਿੰਨੇ ਤੱਕ ਆ ਸ਼ੋਰਟ ਦੇ ਵਿੱਚ ਜੀ। ਨੈਕਸਟ 3 ਹੈਗਾ ਜਿਹੜਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ 23 to 24 ਤੱਕ। ਸ਼ੋਸ਼ਣ ਕੀ ਹੁੰਦਾ? ਬੱਚਿਆਂ 'ਤੇ ਸ਼ੋਸ਼ਣ, ਮਨੁੱਖਾਂ 'ਤੇ ਸ਼ੋਸ਼ਣ। ਸ਼ੋਸ਼ਣ ਦੇ ਵਿਰੁੱਧ ਅਧਿਕਾਰ 23 to 24 ਤੱਕ ਜੀ। 23 ਹੁੰਦਾ ਮਨੁੱਖਾਂ ਦੇ ਲਈ, 24 ਹੁੰਦਾ ਬੱਚਿਆਂ ਦੇ ਲਈ। ਸ਼ੋਸ਼ਣ ਦੇ ਵਿਰੁੱਧ ਅਧਿਕਾਰ ਇਹ ਕਿਹੜੇ ਆਰਟੀਕਲ ਦੇ ਵਿੱਚ ਆ? 23 ਤੀਸਰਾ ਪਾਰਟ ਆ ਇਹ। ਠੀਕ ਹੈ ਜੀ, ਨੈਕਸਟ ਹੈਗਾ 4th, ਰਾਈਟ ਟੂ ਰਿਲੀਜੀਅਸ ਫਰੀਡਮ 25 to 28 ਤੱਕ ਆ ਜੀ। ਰਿਲੀਜੀਅਸ ਫਰੀਡਮ 25 to 28, ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਧਾਰਮਿਕ ਕਿੰਨੇ ਨੇ? 25 to 28 ਤੱਕ। ਯਾਦ ਰੱਖਣ ਦੀ ਥੋੜ੍ਹੀ ਜਿਹੀ ਟ੍ਰਿਕ ਬਣਾ ਲਓ ਵੀ 23 ਅਤੇ ਆ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਇਹਨਾਂ ਦਾ ਸੀਕੁਐਂਸ ਵੀ ਪੁੱਛਿਆ ਜਾਂਦਾ ਕਈ ਵਾਰ, ਸਮਾਨਤਾ, ਸੁਤੰਤਰਤਾ, ਸ਼ੋਸ਼ਣ ਦੇ ਵਿਰੁੱਧ, ਧਾਰਮਿਕ ਸੁਤੰਤਰਤਾ, ਸੱਭਿਆਚਾਰਕ ਸੰਪੱਤੀ ਦਾ ਅਧਿਕਾਰ ਅਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਨੈਕਸਟ ਹੈਗਾ ਜੀ 5th ਦੇ ਵਿੱਚ ਕਲਚਰ ਐਂਡ ਐਜੂਕੇਸ਼ਨ 29 to 30 ਤੱਕ ਹੈਗਾ। ਠੀਕ ਹੈ, ਇਹਦੇ ਵਿੱਚ ਸੱਭਿਆਚਾਰਕ ਅਤੇ ਵਿੱਦਿਅਕ ਆ ਜਾਂਦੇ ਨੇ। ਨੈਕਸਟ ਰਾਈਟ ਟੂ 6 ਦੇ ਵਿੱਚ ਰਾਈਟ ਟੂ ਪ੍ਰੋਪਰਟੀ, ਇਹ ਮੇਨ ਆ ਜੀ। ਇਹਦੇ ਵਿੱਚ ਇਹ ਡਿਲੀਟ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਇਹ 7 ਸੀਗੇ, ਹੁਣ ਆਪਣੇ ਕੋਲ ਇਹ ਓਰੀਜਨਲ ਕਿੰਨੇ ਹੋ ਗਏ? ਪ੍ਰੈਜੈਂਟ ਦੇ ਵਿੱਚ ਇਹ 6 ਨੇ, ਓਰੀਜਨਲ ਦੇ ਵਿੱਚ 7 ਸੀ। ਜਿਹੜਾ 6 ਕਿਉਂ ਹੋ ਗਏ? ਆਹ ਜਿਹੜਾ 6 ਨੰਬਰ ਸੀ ਇਹ ਡਿਲੀਟ ਕਰ ਦਿੱਤਾ ਗਿਆ, ਇਸ ਦੇ ਵਿੱਚੋਂ ਡਿਲੀਟ ਕਰ ਦਿੱਤਾ ਗਿਆ, ਮੌਲਿਕ ਅਧਿਕਾਰਾਂ ਦੇ ਵਿੱਚੋਂ, ਸੰਪੱਤੀ ਦਾ ਅਧਿਕਾਰ। ਨੈਕਸਟ ਹੈਗਾ 7, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਰਾਈਟ ਟੂ ਕੋਨਸਟੀਟਿਊਸ਼ਨਸ ਰੈਮਡੀਜ਼ 32 ਹੈਗਾ। ਇਹ ਵੀ ਯਾਦ ਰੱਖਣ ਦਾ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਮਤਲਬ ਇਹ ਸੁਪਰੀਮ ਕੋਰਟ ਨਾਲ ਸੰਬੰਧਿਤ ਹੈਗਾ। ਠੀਕ ਹੈ ਜੀ, ਨੈਕਸਟ ਆਪਾਂ ਦੇਖ ਲੈਂਦੇ ਹਾਂਗੇ ਨੋਟ। ਜਿਹੜਾ ਆਪਣੇ ਕੋਲ ਰਾਈਟ ਟੂ ਪ੍ਰੋਪਰਟੀ ਹੈਗੀ, ਰਾਈਟ ਟੂ ਪ੍ਰੋਪਰਟੀ 31 ਆਰਟੀਕਲ ਹੈਗਾ।
ਇਹ ਕਿਹਦੇ ਤਹਿਤ ਡਿਲੀਟ ਕੀਤਾ ਗਿਆ ਹੈਗਾ 44 ਅਮੰਡਾਮੈਂਟ ਕਦੋਂ ਹੋਈ ਸੀਗੀ 1978 ਦੇ ਵਿੱਚ ਹੋਈ ਸੀ। ਫਿਰ ਇਹ ਚਲਾ ਕਿੱਥੇ ਗਿਆ 300A ਦੇ ਵਿੱਚ ਚਲਾ ਗਿਆ, ਲੀਗਲ ਰਾਈਟ ਬਣ ਗਿਆ ਆਪਣਾ 300A। ਪਾਰਟ ਕਿਹੜੇ ਦੇ ਵਿੱਚ ਗਿਆ ਇਹ 12 ਦੇ ਵਿੱਚ ਚਲਾ ਗਿਆ ਜੀ। ਅੱਜ ਆਪਾਂ ਇੱਥੇ ਤੱਕ ਹੀ ਵੀਡੀਓ ਕਰਾਂਗੇ, ਅਗਰ ਤੁਸੀਂ ਹੋਰ ਚਾਹੁੰਦੇ ਹੋ ਵੀ ਅੱਗੇ ਕਰਵਾਈਏ ਤਾਂ ਪਲੀਜ਼ ਮੈਸੇਜ ਕਰ ਦੇਣਾ ਅਤੇ ਅੱਗੇ ਆਪਾਂ ਕੰਟੀਨਿਊ ਕਰ ਲਾਂਗੇ ਜੀ। ਅਤੇ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਸੀਕੁਐਂਸ ਵਾਈਜ਼ ਵੀ ਆ ਸਕਦਾ ਅਤੇ ਸਮਾਨਤਾ ਦਾ ਐਵੇਂ ਵੀ ਆ ਸਕਦਾ ਵੀ ਕਿਹੜੇ ਕਿਹੜੇ ਨੇਗੇ। ਅਤੇ ਸਤਿ ਸ਼੍ਰੀ ਅਕਾਲ ਜੀ।